ਪਟਿਆਲਾ ਪਹੁੰਚੇ ਪੰਜਾਬ ਪ੍ਰਧਾਨ ਸੁਨੀਲ ਜਾਖੜ। ਕੈਪਟਨ ਦੀ ਧੀ ਬੀਬਾ ਜੋਇੰਦਰ ਕੌਰ ਵੀ ਨਾਲ ਆਈ ਨਜ਼ਰ। ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ। ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਹੜ੍ਹਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਅੱਜ ਪਟਿਆਲਾ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਬੀਬਾ ਜੋਇੰਦਰ ਕੌਰ ਵੀ ਨਜ਼ਰ ਆਈ। ਇਸ ਦੇ ਨਾਲ ਹੀ ਉਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ 218 ਕਰੋੜ ਰੁਪਏ ਹੜ੍ਹਾਂ ਦੇ ਨੁਕਸਾਨ ਪੂਰਤੀ ਲਈ ਜਾਰੀ ਕੀਤੇ ਗਏ ਨੇ। ਇਸ ਦੇ ਨਾਲ ਹੀ ਉਹਨਾਂ ਹੋਰ ਕੀ ਕੁਛ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਦੇਖੋ, ਸੁਭਾਵਿਕ ਹੈ ਲੋਕਾਂ ਦਾ ਗੁੱਸਾ ਜਦੋਂ ਲੋਕਾਂ ਨੂੰ ਐਡਾ ਤੁਹਾਡੇ ਸਾਹਮਣੇ ਜੋ ਨੁਕਸਾਨ ਵਾਪਰਿਆ ਅਤੇ ਹੁਣ ਇੰਨੇ ਦਿਨਾਂ ਬਾਅਦ ਵੀ ਜੇ ਇੱਥੇ ਪਾਣੀ ਜਿਸ ਤਰ੍ਹਾਂ ਦੱਸ ਰਹੇ ਆ ਪਿੰਡ ਵਾਲੇ ਵੀ, ਤਕਰੀਬਨ 1000 ਏਕੜ ਤੋਂ ਫਾਲਤੂ ਰਕਬਾ ਸੀ ਜਿਹੜਾ ਹੜ੍ਹ ਦੀ ਸੱਟ 'ਚ ਹੈ, ਹੁਣ ਵੀ 300 ਏਕੜ ਦੇ ਅੰਦਰ ਪਾਣੀ ਖੜ੍ਹਾ ਹੈ ਜਿਹਦੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ। ਇਸ 'ਚ ਦੋ ਪੱਖ ਹੈ, ਇੱਕ ਤਾਂ ਚਲੋ ਕੁਦਰਤੀ ਆਫਤ ਹੈ, ਨੁਕਸਾਨ ਹੜ੍ਹ ਆਉਂਦਾ, ਨੁਕਸਾਨ ਕਈ ਵਾਰੀ ਹੋ ਕੇ ਨਿਕਲ ਜਾਂਦਾ, ਪਰ ਕਈ ਇਹੋ ਜਿਹੇ ਪੱਖ ਵੀ ਹੈ ਵੀ ਜਿੱਥੇ ਸਰਕਾਰ ਅਗਰ ਟਾਈਮ ਰਹਿੰਦੇ ਇੰਤਜ਼ਾਮ ਕਰ ਲੈਂਦੀ ਤਾਂ ਆਹ ਇੰਨਾ ਨੁਕਸਾਨ ਹੋਣ ਤੋਂ ਬਚ ਸਕਦਾ ਸੀਗਾ। ਉਹ ਗੱਲਾਂ ਜੇ ਪਾਣੀ ਨਿਕਲ ਜੇ, ਲੋਕ ਆਪਣੇ ਪੈਰੀਂ ਹੋ ਜਾਣ, ਉਹਦੇ ਬਾਅਦ ਕਰਕੇ ਵੀ ਕਿਹੜੇ ਕਿਹੜੇ ਨੁਕਸਾਨ ਸੀ ਜਿਹੜੇ ਰੋਕੇ ਜਾ ਸਕਦੇ ਸੀਗੇ, ਜੋ ਸਰਕਾਰ ਨੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਸੀਗੇ, ਬੰਨ ਦੇਖਣੇ ਚਾਹੀਦੇ ਸੀ। ਜੇ ਹੁਣ ਇੱਥੇ ਚੋਹ ਦੀ ਸਫਾਈ ਦੀ ਸਾਰੇ ਕਹਿ ਰਹੇ ਵੀ ਚੋਹ ਦੀ ਸਫਾਈ ਹੋ ਜਾਂਦੀ, ਸ਼ਾਇਦ ਪਾਣੀ ਨਿਕਲ ਜਾਂਦਾ, ਜਾਂ ਜਿੱਥੇ ਕਿਤੇ ਮਹਿਕਮੇ ਦੀ ਅਲਗਰਜ਼ੀ ਰਹੀ ਹੈ, ਡਰੇਨੇਜ ਡਿਪਾਰਟਮੈਂਟ ਦੀ ਵੀ ਇੱਥੇ ਆ, ਨਿਵਾਣ ਦੇ ਅੰਦਰ ਪਾਣੀ ਆ ਕੇ ਖੜ੍ਹਨਾ ਹੀ ਖੜ੍ਹਨਾ। ਆ ਪਹਿਲੀ ਵਾਰੀ ਨਹੀਂ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਸਾਥੀ ਦਾ ਸੁਣਿਆ, ਨੈਚੁਰਲੀ ਉਹਦਾ ਗੁੱਸਾ ਸੁਭਾਵਿਕ ਹੈ, ਜਿਹੜਾ ਉਹਦੇ ਸੂਤ ਆ ਗਿਆ ਉਹਨਾਂ ਤੋਂ ਕਹਿਣਾ ਹੀ ਕਹਿਣਾ ਵੀ ਤੁਸੀਂ ਇਸ ਗੱਲ ਦਿਓ, ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਅੱਜ ਇਸ ਕਰਕੇ ਇੱਥੇ ਆਏ ਹਨ ਦੇਖ ਕੇ ਵੀ ਪੂਰਾ, ਜਦ ਤਾਈਂ ਆਪ ਬੰਦਾ ਆ ਕੇ ਅੱਖੀਂ ਨਹੀਂ ਦੇਖਦਾ ਅੰਦਾਜ਼ਾ ਨਹੀਂ ਹੁੰਦਾ ਕਿੱਡਾ ਨੁਕਸਾਨ ਹੋਇਆ। ਜੋਤਨ ਲਾਗੇ ਸੋਤਨ ਜਾਣੇ, ਉਹ ਪਤਾ ਉਦੋਂ ਲੱਗਦਾ ਜਦੋਂ ਜਾ ਕੇ ਦੇਖਦੇ ਹੋ ਵੀ ਆਹ ਕੀ ਨੁਕਸਾਨ ਵਾਪਰਿਆ। ਸਰਕਾਰ ਫੋਟੋ ਖਿਚਾਉਣੀਆਂ ਬੰਦ ਕਰੇ, ਸੈਲਫੀਆਂ ਕਰਨੀ ਬੰਦ ਕਰੇ, ਲੋਕਾਂ ਦੀ ਬਾਂਹ ਪਕੜੇ। ਜਿੱਥੇ ਤਾਈਂ BJP ਦਾ ਜਾਂ BJP ਦੀ ਸੈਂਟਰਲ ਗਵਰਨਮੈਂਟ ਦਾ ਮੋਦੀ ਸਾਹਿਬ ਦਾ ਗੱਲ ਕਰੀ ਜਾਂਦੇ ਹੋ, 218 ਕਰੋੜ ਰੁਪਈਏ ਆਲਰੇਡੀ ਦੇ ਚੁੱਕੇ ਆ ਪੰਜਾਬ ਸਰਕਾਰ ਨੂੰ। ਪੰਜਾਬ ਸਰਕਾਰ ਨੇ ਪਹਿਲੇ ਵਾਲੇ ਜਿਹੜਾ ਡਿਜ਼ਾਸਟਰ ਰਿਲੀਫ ਫੰਡ ਆਇਆ ਸੀਗਾ ਪਿਛਲੇ ਸਾਲ ਦਾ, ਉਹ ਵੀ ਇਹ ਹਿਸਾਬ ਨਹੀਂ ਮੰਗਿਆ ਮੋਦੀ ਸਾਹਿਬ ਨੇ, ਨਹੀਂ ਤਾਂ ਨੋਰਮਲੀ ਪੰਚਾਇਤ ਸਰਪੰਚ ਨੂੰ ਵੀ ਪਹਿਲਾਂ UC ਦੇਣਾ ਪੈਂਦਾ, ਸਰਟੀਫਿਕੇਟ, ਯੂਟੀਲਾਈਜੇਸ਼ਨ ਸਰਟੀਫਿਕੇਟ, ਉਹ ਵੀ ਵੇਵ ਕਰਤਾ ਵੀ ਆ, ਤੁਸੀਂ ਪੈਸੇ ਹੁਣੇ ਫੜੋ ਤਾਂ ਕਿ ਲੋਕਾਂ ਦੀ ਮਦਦ ਅੱਜ ਚਾਹੀਦੀ ਹੈ। ਪਰ ਸਰਕਾਰ ਕੀ ਕਰ ਰਹੀ ਹੈ, ਭਗਵੰਤ ਮਾਨ ਜੀ ਦੀ ਵੀ ਸਿਰਫ ਸੈਲਫੀਆਂ 'ਤੇ, ਜਿੱਥੇ ਕਿਤੇ ਕਿਸ਼ਤੀਆਂ ਦੀ ਲੋੜ ਸੀਗੀ ਉੱਥੇ ਸ਼ਾਹਕੋਟ ਵਾਲੇ ਪਾਸੇ ਆ ਫਿਰੋਜ਼ਪੁਰ, ਉੱਥੇ ਜਾ ਕੇ ਫੋਟੋਆਂ ਖਿਚਾ ਕੇ ਕਿਸ਼ਤੀਆਂ ਵੀ ਆਪਣੇ ਨਾਲ ਲੈ ਕੇ ਲੋਕਾਂ ਦਾ ਅੱਜ ਮਦਦ ਦੀ ਲੋੜ ਹੈ। ਰਾਜਨੀਤੀ ਬਾਅਦ 'ਚ ਕਰ ਲਾਂਗੇ, ਪਰ ਇਹ ਸਾਰੇ ਜਵਾਬ ਦੇਣੇ ਪੈਣਗੇ। ਪਹਿਲਾਂ ਜੋ ਮੀਟਿੰਗ ਹੋਣੀ ਚਾਹੀਦੀ ਸੀ, ਆਹ ਦੇਖਦੇ ਵੀ ਕਿੱਥੇ ਕਮੀ ਰਹਿ ਗਈ, ਕਿੱਥੇ ਸਫਾਈ ਹੋਣੀ ਚਾਹੀਦੀ ਸੀ, ਕਿੱਥੇ ਬੰਨ ਮਜ਼ਬੂਤ ਹੋਣਾ ਚਾਹੀਦਾ ਸੀ, ਕਿਉਂ ਨਹੀਂ ਹੋਇਆ, ਉਹਦਾ ਜਵਾਬ ਅਸੀਂ ਸਰਕਾਰ ਤੋਂ ਜ਼ਰੂਰ ਮੰਗਾਂਗੇ। ਮੈਂ ਨਹੀਂ ਸਮਝਦਾ ਵੀ ਹਰੇਕ ਕੰਮ 'ਚ ਉਹਦੇ ਵਿੱਚ ਸਰਕਾਰ ਦੀ, ਕਿਉਂਕਿ ਲੋਕਾਂ ਨੇ ਚੁਣ ਕੇ ਭੇਜੀ ਹੋਈ ਸਰਕਾਰ ਹੈ, ਦਖਲ ਹੋਣੀ ਚਾਹੀਦੀ ਹੈ, ਪਰ ਭਗਵੰਤ ਮਾਨ ਜੀ ਨੂੰ ਆ ਜਵਾਬ ਦੇਣੇ ਪੈਣਗੇ ਵੀ ਆਹ ਪਹਿਲਾਂ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਕਿਉਂ ਨਹੀਂ ਲਿਆ ਗਿਆ। ਹੜ੍ਹ ਆਉਣ ਦੇ ਬਾਅਦ ਹੁਣ ਭਗਵੰਤ ਮਾਨ ਜੀ ਕਹਿ ਰਿਹਾ ਵੀ DC ਸਾਹਿਬ ਸਫਾਈ, ਹੜ੍ਹ ਜਦੋਂ ਪਾਣੀ ਉਤਰ ਜੇ ਫਿਰ ਸਫਾਈ ਕਰਾ ਦਿਓ, ਫਿਰ ਤਾਂ ਸਫਾਈ ਹੋਊਗੀ ਸਭ ਲੋਕਾਂ ਦੀ, ਤਾਂ ਸਫਾਈ ਕਰਤੀ ਲੋਕਾਂ ਦੇ ਤਾਂ ਭਾਂਡੇ ਮਾਂਜਦੇ ਹਨ, ਜਮ੍ਹਾਂ ਮਾਂਜ ਕੇ ਛੱਡਦਾ, ਉਹਦੀ ਜਵਾਬਦੇਹੀ ਸਰਕਾਰ ਨੂੰ ਇਸ ਕਟਘਰੇ 'ਚ ਖੜ੍ਹਾ ਕਰਾਂਗੇ। ਅੱਜ ਤਾਂ ਵੀ ਸਾਡਾ ਲੋਕਾਂ ਨੂੰ ਮਦਦ ਪਹੁੰਚੇ, ਜਿੱਥੇ ਕਿਤੇ ਵੀ ਅੱਗੇ ਮਹਾਂਮਾਰੀ ਫੈਲਣ ਦਾ ਅੰਦੇਸ਼ ਹੈ, ਜਿੱਥੇ ਕਿਤੇ ਪਾਣੀ ਵੜ ਗਿਆ, ਨਾ ਤਾਂ ਅੱਜ ਪਾਣੀ ਸੁੱਕਣਾ, ਉੱਥੇ ਜੋ ਕੁਛ ਵੀ ਪੀਣ ਦੇ ਪਾਣੀ ਦਾ ਪ੍ਰਬੰਧ ਨਹੀਂ, ਹਰੇਕ ਸਿਸਟਮ 'ਚ ਬ੍ਰੇਕਡਾਊਨ ਹੋਇਆ ਪਿਆ, ਉਹਦੇ ਵਾਸਤੇ ਅਸੀਂ ਲੋਕਾਂ 'ਚ ਜਾ ਕੇ ਉਹਨਾਂ ਦਾ ਦੁੱਖ ਦਰਦ ਸਮਝ ਰਹੇ ਹਾਂ, ਤਾਂ ਕਿ BJP ਪਾਰਟੀ ਕੰਨਿਓ ਅਸੀਂ ਸਿਸਟਮੈਟਿਕ ਤਰੀਕੇ ਨਾਲ ਸਾਰੇ ਇਲਾਕਿਆਂ 'ਚ ਜਾ ਕੇ ਜਿੱਥੇ ਜਿੱਥੇ ਵੀ ਕੋਈ ਮੈਡੀਕਲ ਮਦਦ ਕਰ ਸਕਦੇ ਹਾਂ, ਕੋਈ ਹੋਰ ਕਰ ਸਕਦੇ ਹਾਂ। ਕੇਂਦਰ ਸਰਕਾਰ ਦਾ ਪੈਸਾ ਆਲਰੇਡੀ ਇਹਨਾਂ ਕੋਲ ਆ ਚੁੱਕਿਆ, 218 ਕਰੋੜ ਰੁਪਈਏ ਉਹ ਇਹਨਾਂ ਦੇ ਮੁਹੱਈਆ ਕਰਵਾਉਣ, ਉਹਦੇ ਵਾਸਤੇ ਸਾਡਾ ਸਭ ਤੋਂ ਪਹਿਲਾਂ ਮੰਗ ਹੈ ਵੀ ਲੋਕਾਂ ਨੂੰ ਫੌਰੀ ਤੌਰ 'ਤੇ ਮਦਦ ਕੀਤੀ ਜਾਵੇ। ਜੀ ਜਾਖੜ ਸਾਹਿਬ, ਇੱਕ ਕਾਂਗਰਸ ਦੇ ਬਹੁਤ ਸਾਰੇ ਲੀਡਰ ਹੈਗੇ ਨੇ ਜਿਹੜੇ ਦਿੱਲੀ ਬੈਠੇ ਹੋਏ ਨੇ, ਕੀ ਲੱਗਦਾ ਹੈਗਾ ਕਿ BJP ਦੇ ਵਿੱਚ ਸ਼ਾਮਿਲ ਕੀਤੇ ਜਾਣਗੇ? ਦੇਖੋ ਸਾਹਿਬ, ਅੱਜ ਇਸ ਮੌਕੇ ਇੱਥੇ ਖੜ੍ਹ ਕੇ ਇਹਨਾਂ ਦੀ ਗੱਲ ਦਾ ਕੋਈ ਨਹੀਂ, ਉਹ ਦਿੱਲੀ ਬੈਠੇ ਆ, ਕਿਉਂ ਬੈਠੇ ਆ, ਸਾਰਿਆਂ ਤੋਂ ਕਿਸੇ ਲੁਕਿਆ ਨਹੀਂ ਕੌਣ ਕਿੱਥੇ ਜਾਊਗਾ, ਸਭ ਆਪਣੇ ਆਪਣੀ ਮਰਜ਼ੀ ਦੇ ਮਾਲਕ ਹੈ, ਆਪਣਾ ਭਵਿੱਖ ਦੇਖਣਗੇ, ਪੰਜਾਬ ਦਾ ਭਵਿੱਖ ਦੇਖਣਾ ਬਣਦਾ ਵੀ ਪੰਜਾਬ ਕਿਹੜੇ ਪਾਸੇ ਜਾ ਰਿਹਾ। ਜਿਹਨਾਂ ਲੋਕਾਂ ਨੇ ਪੰਜਾਬ ਨੂੰ ਧੋਖਾ ਦੇ ਤਾ ਉਹ ਕਾਂਗਰਸ ਹਾਈਕਮਾਂਡ ਨੂੰ ਵੀ ਧੋਖਾ ਦੇਣਗੇ, ਕਾਂਗਰਸ ਲੀਡਰ ਜਿਹੜੇ ਇਸ ਵਹਿਮ 'ਚ ਤੁਰੇ ਫਿਰਦੇ ਹੈ ਵੀ ਭਗਵੰਤ ਮਾਨ ਜੀ ਉਹਨਾਂ ਦੇ ਕੇਸ ਛੱਡ ਦੇਣਗੇ, ਮੈਨੂੰ ਨਹੀਂ ਲੱਗਦਾ ਜਿਹੜੇ ਲੋਕਾਂ ਨੇ ਪੰਜਾਬ ਨੂੰ ਨਹੀਂ ਬਖਸ਼ਿਆ ਉਹ ਇਹਨਾਂ ਨੂੰ ਲੀਡਰਾਂ ਨੂੰ ਕੀ ਬਖਸ਼ਣਗੇ। ਅਤੇ ਉਹ ਜਿਹੜੇ ਉੱਥੇ ਲੀਡਰ ਬੈਠੇ ਉਹ ਤਾਂ ਸਿਰਫ ਭਗਵੰਤ ਮਾਨ ਜੀ ਦੇ, ਤੁਸੀਂ ਜਿੱਥੇ ਉਹਨਾਂ ਤੋਂ ਮਾਫ਼ੀ ਮੰਗ ਰਹੇ ਹੈ ਵੀ ਸਾਡੇ ਕੇਸ ਵਿਜੀਲੈਂਸ ਦੇ ਵਾਪਸ ਲਓ, ਉੱਥੇ ਕਹਿ ਰਹੇ ਵੀ ਸਾਨੂੰ ਮੰਤਰੀ ਮੰਡਲ 'ਚ ਵੀ ਸ਼ਾਮਿਲ ਕਰਕੇ, ਕਹਿੰਦਾ ਮੰਤਰੀ ਮੰਡਲ ਦਾ ਅਹੁਦਾ ਵੀ ਸਾਨੂੰ ਦੇ ਦਿਓ। ਉਹਨਾਂ ਨੇ ਕਾਂਗਰਸ ਦੀਆਂ ਜੜ੍ਹਾਂ ਪੱਟਣੀਆਂ ਇਹ ਜਿਹੜੀ ਲੀਡਰਸ਼ਿਪ ਅੱਜ
ਕਾਂਗਰਸ ਨੂੰ ਮਿਲੀ ਹੈ। ਇਹਦੀਆਂ ਆਪਣੀਆਂ ਕਮਜ਼ੋਰੀਆਂ ਜਿਹੜੀਆਂ, ਇਹ ਪੰਜਾਬ ਕਾਂਗਰਸ ਵਰਕਰ ਦੀ ਇਹਨਾਂ ਨੇ ਲੱਕ ਤੋੜਤੀ, ਵਰਕਰ ਨਾਰਾਜ਼ ਹੈ ਸਾਹਿਬ। ਮੈਨੂੰ ਲੀਡਰਾਂ ਦਾ ਤਾਂ ਪਤਾ ਨਹੀਂ, ਲੀਡਰ ਤਾਂ ਸ਼ਾਇਦ ਆਪਣੀ ਜਾਨ ਬਚਾ ਕੇ ਉਹ ਤਾਂ ਸੌਖੇ ਹੋਏ ਬੈਠੇ, ਵੀ ਜਾਨ ਬਚ ਗਈ ਉਹਨਾਂ ਦੇ, ਮਸਾਂ ਸਾਹ 'ਚ ਸਾਹ ਆਇਆ, ਪਰ ਵਰਕਰ ਦੀ ਲੱਕ ਤੋੜਤੀ ਇਸਨੇ ਪੰਜਾਬ ਜਿਹੜੀ ਲੀਡਰਸ਼ਿਪ ਨੇ ਕਾਂਗਰਸ ਦੀ ਨੇ, ਅਤੇ ਉੱਤੇ ਹਾਈ ਕਮਾਂਡ ਨੇ ਆਪਣੇ ਮਤਲਬ ਨਾਲ ਜੋ ਫੈਸਲਾ ਕੀਤਾ ਉਹਦੇ ਨਾਲ ਇਹਨਾਂ ਦੇ ਵਰਕਰ ਦੀ ਲੱਕ ਟੁੱਟ ਗਈ ਸਾਹਿਬ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।